ਹਾਂਜੀ ਫਰੈਂਡਸ ਹੁਣੇ ਹੀ ਬੜੀ ਬੜੀ ਦੁਖਦਾਈ ਖਬਰ ਆਈ ਹੈ ਵੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਮਿਹਨਤਾਂ ਕਰ ਰਹੇ ਸਨ ਬੇਰੋਜਗਾਰੀ ਦੀ ਮਾਰ ਚੱਲ ਰਹੇ ਸਨ ਇੱਕ ਉਮੀਦ ਸੀ ਉਹਨਾਂ ਕੋਲੇ ਵੀ ਸਰਕਾਰੀ ਨੌਕਰੀ ਜਿਹੜੀ ਮਿਲੇਗੀ ਸਾਨੂੰ ਤੇ ਕੋਚਿੰਗ ਸੈਂਟਰਸ ਤੇ ਕਾਫੀ ਪੈਸਾ ਬਰਬਾਦ ਕਰ ਸੋਕੇ ਸਨ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਜੋ ਸ਼ੁਰੂ ਹੋ ਚੁੱਕਿਆ ਜੀ ਗੱਲ ਕਰਾਂਗੇ ਆਪਾਂ ਸਿੱਖਿਆ ਵਿਭਾਗ ਵੱਲੋਂ 8390 ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਸਨ 26/8/2021 ਅੱਜ ਦਾ ਹੁਣੇ-ਹੁਣੇ ਦਾ ਨੋਟਿਸ ਆਇਆ ਜੀ ਜਿਦੇ ਚ 23/11/2020 ਰਾਹੀ 8393 ਪੋਸਟਾਂ ਸੀਗੀਆਂ ਵਿਗਿਆਪਨ ਦਿੱਤਾ ਗਿਆ ਸੀਗਾ ਜੀ ਇਹਨਾਂ ਦੀ ਭਰਤੀ ਹੈ ਜਿਹੜੀ ਉਹ ਵਾਪਸ ਲੈ ਲਈ ਗਈ ਹੈ ਅਤੇ ਇਹ ਸਭ ਭਰਤੀ ਨੂੰ ਰੱਦ ਕਰ ਦਿੱਤਾ ਜਾਂਦਾ ਜੀ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਾਫੀ ਲੰਬੇ ਸਮੇਂ ਤੋਂ ਜਿਨ੍ਹਾਂ ਦੀ ਉਮੀਦ ਸੀਗੀ ਸਰਕਾਰੀ ਨੌਕਰੀ ਲੈਣ ਦੀ ਬੇਰੋਜ਼ਗਾਰਾਂ ਦੀ ਉਮੀਦ ਤੇ ਉੱਪਰ ਸਾਰੇ ਉੱਪਰ ਪਾਣੀ ਫੇਰ ਦਿੱਤਾ ਗਿਆ ਹੈ ਜੀ ਇਹ ਫੀਸ ਉਹਨਾਂ ਨੇ ਕਿਹਾ ਵੀ ਜਿਹੜੇ ਕੈਂਡੀਡੇਟ ਨੇ ਕੀਤੀ ਹੈ ਉਸਦੇ ਅਕਾਊਂਟ ਦੇ ਵਿੱਚ ਉਹ ਫੀਸ ਹੈ ਜਿਹੜੀ ਵਾਪਸ ਭੇਜ ਦਿੱਤੀ ਜਾਵੇਗੀ ਜੀ ਤੇ ਜਿਹੜੀ ਮਿਹਨਤ ਉਹ ਲਗਾਤਾਰ ਕਰਦੇ ਆ ਸਾਨੂੰ ਜਿਹੜੀ ਉਮੀਦ ਸੀ ਉਹਨਾਂ ਨੂੰ ਉਹ ਸਾਰੀ ਉਮੀਦ ਹੈ ਜਿਹੜੀ ਹੁਣ ਜ਼ੀਰੋ ਹੋ ਚੁੱਕੀ ਹੈ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਜੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰੇਕ ਜਿਹੜੀ ਪੋਸਟ ਆ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਅਤੇ ਵੀਡੀਓ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਦੇਖ ਰਹੇ ਹੋ ਸ਼ੇਅਰ ਕਰਨੇ ਬਿਨਾ ਨਾ ਜਾਓ ਜੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰੇਕ ਕੈਂਡੀਡੇਟ ਤੱਕ ਹਰੇਕ ਬੇਰੋਜ਼ਗਾਰ ਹੈ ਜਿਹੜਾ ਉਸ ਤੱਕ ਇਹ ਆਵਾਜ਼ ਹੈ ਜਿਹੜੀ ਪਹੁੰਚਣੀ ਚਾਹੀਦੀ ਹੈ ਜੀ ਠੀਕ ਹੈ PDF ਲੈ ਲਈ ਟੈਲੀਗ੍ਰam ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਚੋਂ ਤੁਸੀਂ PDF ਡਾਊਨਲੋਡ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਰਿਕਵੈਸਟ ਹੈ ਸਾਰਿਆਂ ਨੂੰ ਪਲੀਜ਼ ਵੀਡੀਓ ਨੂੰ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰੋ ਬਾਏ ਬਾਏ